ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਚਾਲ ਨੇ ਜੀ? ਉਮੀਦ ਕਰਦੇ ਹਾਂ ਸਾਰੇ ਹੀ ਬਾਈ ਠੀਕ ਠਾਕ ਹੋਵੋਗੇ। ਲਓ ਬਾਈ, ਆਪਾਂ ਘਰੋਂ ਨਿਕਲੇ ਹਾਂ ਹੁਣੇ, ਅਤੇ ਨਾਲੇ ਆਪਣਾ ਆਹ ਖੇਤ ਇੱਥੇ ਆ ਆਪਣੀ 131, ਇੱਧਰਲੀ ਸਾਈਡ ਇਹ ਆ ਆਪਣੀ, ਤੁਹਾਨੂੰ ਦਿਖਾਉਣਾ 1692, ਠੀਕ ਹੈ ਜੀ। ਅਤੇ ਆਹ ਨਾਲੇ ਇੱਧਰ ਆਪਣੇ ਜਿਹੜੀ ਕੱਲ੍ਹ ਕੱਦੂ ਕਰਿਆ ਸੀ 131 ਦਾ, ਉਹਦਾ ਕੱਦੂ ਕਰਤਾ, ਅੱਜ ਲਾ ਰਹੇ ਨੇ। ਆਪਾਂ ਉੱਧਰ ਚੱਲਦੇ, ਇੱਥੇ ਬਈਏ ਦੂਜੀ ਲਾ ਰਹੇ ਨੇ, ਹੈ ਨਾ। ਕਿਤੇ ਪੂਛਾ ਆਪਾਂ ਨੇ ਕੱਦੂ ਕਰਿਆ, ਜਿਹੜੀ ਵੀਡੀਓ ਪਾਈ ਆ ਕੱਲ੍ਹ ਜਿਹੜੀ, ਅਤੇ ਉਹ ਬਾਈ ਉੱਧਰ ਬੰਦਾ ਆਪਣਾ ਵੱਟ 'ਤੇ ਮਿੱਟੀ ਲਾ ਰਿਹਾ। ਇਹ ਖੇਤ ਪਹਿਲਾ ਖੇਤ ਆ ਬਾਈ ਜਿੱਥੇ ਵੱਟ 'ਤੇ ਮਿੱਟੀ ਲਾਉਣ ਲੱਗੇ ਹਾਂ। ਨਹੀਂ, ਆਪਾਂ ਨਹੀਂ ਐਤਕੀ ਲਾਈ ਸੀ ਕਿਤੇ ਵੀ ਮਿੱਟੀ, ਹੈ ਨਾ, ਕਿਉਂਕਿ ਵੱਟਾਂ ਲਿਪਣੀਆਂ ਨਹੀਂ ਪਈਆਂ, ਸਿੱਧੀ ਬਿਜਾਈ ਕਰੀ ਹੋਈ ਸੀ। ਆਪਾਂ ਪਹੁੰਚ ਗਏ ਖੇਤ ਇੱਥੇ ਬਾਈ, ਜਿਹੜੀ ਆ ਪਹੀ ਹੈ ਨਾ, ਇੱਥੇ ਆਪਾਂ ਨੇ ਐਤਕੀ ਇਹਦੀ ਸੈਟਿੰਗ ਕਰਨੀ ਆ। ਇੱਥੇ ਬੂਟੇ ਲਾਉਣੇ ਨੇ, ਇੱਧਰ ਵੀ ਲਾਉਣੇ ਆ, ਇੱਧਰ ਵੀ ਲਾਉਣੇ ਆ, ਵਿੱਚ ਫਲਾਂ ਵਾਲੇ ਵੀ ਲਾਵਾਂਗੇ, ਪਾਮ ਵਗੈਰਾ ਵੀ ਲਾਵਾਂਗੇ। ਆਹ ਦੇਖੋ ਆਪਣੇ ਇੱਥੇ ਵੀ ਖੂਹ 'ਤੇ ਵਧੀਆ ਬੂਟੇ ਲੱਗੇ ਹੋਏ ਨੇ, ਹੈ ਨਾ, ਉਹ ਵਿੱਚ ਵੀ ਖੜ੍ਹੇ ਨੇ, ਵਿੱਚ ਟਾਇਰ ਦੇ, ਹੈ ਨਾ। ਇੱਥੇ ਮੋਟਰ 'ਤੇ ਬਾਈ ਵਧੀਆ ਜੀ ਲੱਗਦਾ, ਹੈ ਨਾ। ਹੁਣ ਇੱਕ ਨਾ ਘਰ ਵੀ ਆਪਣੇ ਜਿੱਥੇ ਉੱਥੇ ਬੂਟੇ ਜਿਹੇ ਲਾਏ ਹੋਏ ਨੇ ਘਰ, ਉੱਥੇ ਵੀ, ਅਤੇ ਇੱਕ ਉੱਥੇ ਔਲੇ ਦੇ ਬੂਟੇ ਨੇ, ਉੱਥੇ ਹਰੇਕ ਸਾਲ ਨਾ ਇੱਕ ਚਿੜੀਆਂ ਆ ਕੇ ਆਲਣੇ ਪਾਉਂਦੀਆਂ ਨੇ, ਅਤੇ ਐਤਕੀ ਵੀ ਉਹ ਪਾਉਣ ਲੱਗੀਆਂ ਨੇ। ਮੈਂ ਵੀਡੀਓ ਦਿਖਾਊਂਗਾ, ਇਹਦੇ ਵਿੱਚ ਪਾਊਂਗਾ ਤੁਹਾਨੂੰ, ਦੇਖੋ ਕਿੰਨੇ ਸੋਹਣੇ ਆਲਣੇ ਬਣਾਉਂਦੀਆਂ ਨੇ, ਹੈ ਨਾ। ਜੀ ਬਹੁਤ ਲੱਗਦਾ ਬਾਈ ਜਿੱਥੇ ਬੂਟੇ ਵੱਟੇ ਹੋਣਾ, ਹੈ ਨਾ, ਪੰਛੀ ਪੁੰਛੀ ਆਉਂਦੇ ਨੇ ਆਪਣੇ, ਤਾਂ ਆਲਣੇ ਵੀ ਮੈਂ ਤਾਂ ਖਾਸੇ ਲਾਏ ਹੋਏ ਨੇ ਘਰ, ਅਤੇ ਵਧੀਆ ਜੀ ਲੱਗਿਆ ਰਹਿੰਦਾ। ਆ ਉਰੇ ਵੀ ਲਾਤੀ ਬਾਈ, ਇੱਥੇ ਵੀ ਕਰਤਾ ਕੰਪਲੀਟ, ਇੱਥੇ ਕੱਲ੍ਹ ਖਾਲੀ ਸੀ ਬਾਈ, ਕੱਖ ਪੱਟ ਰਿਹਾ ਸੀਗਾ ਕੱਲ੍ਹ ਵਾਲੀ ਵੀਡੀਓ 'ਚ ਦੇਖਿਆ ਤੁਸੀਂ। ਆਹ ਵੀ ਬਾਈ ਆਪਣੇ ਬੂਟੇ ਲੱਗੇ ਹੋਏ ਨੇ ਫਲਾਂ ਵਾਲੇ, ਅੰਬ ਦੇਖੋ ਭਰਿਆ ਪਿਆ ਪੂਰਾ, ਆਹ ਵੀ ਪੂਰਾ ਭਰਿਆ ਹੋਇਆ। ਆਪਾਂ ਚੱਲ ਕੇ ਦੇਖਦੇ ਹਾਂ ਉੱਥੇ, ਤੁਹਾਨੂੰ ਦਿਖਾਉਣਾ ਛੱਬੀ ਕਿੰਨੀ ਕਿੰਨੀ ਕੁ ਦੂਰ ਲਾਉਂਦੇ ਨੇ, ਅਤੇ ਮਾੜੀ ਜੀ ਤੁਹਾਨੂੰ ਪਤਾ ਨਿਗਾਹ ਰੱਖਣੀ ਪੈਂਦੀ ਆ, ਨਹੀਂ ਫਿਰ ਵਿਚਾਲੋਂ ਜੇ ਆਲੇ ਦੁਆਲੇ ਤਾਂ ਵਧੀਆ ਲਾਉਂਦੇ ਨੇ, ਵਿਚਾਲੋਂ ਜੇ ਦੂਰ ਕਰਦੇ। 26 ਦਾ ਬਾਈ ਦੇਖੋ ਹੁਣੇ ਮਿਹਨਤ ਆ, 26 ਜਿੰਨੀ ਸੰਘਣੀ ਲੱਗੂ ਉੰਨਾ ਵਧੀਆ ਝਾੜ ਦੂਗੀ, ਸਭ ਨੂੰ ਪਤਾ, ਹੈ ਨਾ। ਆਪਾਂ ਦੇਖ ਰਹੇ ਚੱਲ ਕੇ, ਪਾਣੀ ਵਧੀਆ ਠੰਡਾ ਪਿਆ, ਮੁਫਤ ਚੱਲ ਰਹੀ ਆ, ਤਾਜ਼ਾ ਤਾਜ਼ਾ ਪਾਣੀ ਆ ਰਿਹਾ। ਤੁਹਾਨੂੰ ਇੱਕ ਚੀਜ਼ ਦਿਖਾਉਣਾ ਬਾਈ, ਦੇਖਿਓ ਆਹ ਦੇਖੋ ਕਿੰਨੇ ਗੰਡੋਏ, ਹੈ ਨਾ, ਕਿੰਨੇ ਜ਼ਿਆਦਾ ਗੰਡੋਏ ਸੀਗੇ। ਸਿੱਧੀ ਬਿਜਾਈ 'ਚ ਵਧੀਆ ਪੋਲੀ ਜ਼ਮੀਨ ਹੋ ਜਾਂਦੀ ਆ, ਗੰਡੋਏ ਹੁੰਦੇ ਨੇ, ਪਰ ਹੁਣ ਇਹ ਕੱਲ੍ਹ ਮਜਬੂਰੀ ਨੂੰ ਕੱਦੂ ਕਰਨਾ ਪਿਆ, ਅਤੇ ਵਿਚਾਰੇ ਸਾਰੇ ਮਰ ਗਏ, ਬਹੁਤ ਨੇ ਬਾਈ। ਆਹ ਦੇਖੋ ਆਹ ਸੀਗੇ, ਆਹ ਕਾਫੀ ਹੋ ਜਾਂਦੇ ਨੇ, ਹੈ ਨਾ, ਜਿੰਨੇ ਹੋਣਗੇ ਵਿਚਾਰੇ ਵਧੀਆ ਹੀ ਨੇ। ਚਲੋ ਇਹਨਾਂ ਦਾ ਕਾਲ ਸੀ ਵਿਚਾਰਿਆਂ ਦਾ, ਮਾਂ ਮਸਾਂ ਦਰਸ਼ਨ ਦਿੱਤੇ ਨੇ ਤੁਸੀਂ ਐਤਕੀ ਸਾਨੂੰ, ਬੈਠੇ ਸਾਡੀ ਮੋਟਰ 'ਤੇ ਜੀ ਉਹਨਾਂ ਨਾਲੇ, ਸਾਡੇ ਜੀਰੀ ਅੱਜ ਲਾਉਣ ਲੱਗੇ ਤੁਸੀਂ, ਉੱਥੇ ਫੱਗੜ ਮਾਜਰੇ ਲਾਇਆ ਰਹਿੰਦੀ ਆ, ਫਿਰ ਜਾਣਾ ਕੱਲ੍ਹ ਨੂੰ ਜਾਊਂਗੇ। ਆਹ ਸੰਘਣੀ ਜੀ ਲਾ ਦਿਓ, ਆਹੀ ਆਹੀ ਲਾਉਣੀ ਆ ਤੁਸੀਂ ਹੁਣ ਸਾਡੇ ਤਾਂ, ਇਹਨੂੰ ਐਂ ਸਮਝ ਕੇ ਲਾ ਦਿਓ ਵੀ ਸਾਰੀ ਓ ਲਾਤੀ, ਸਾਰੀ ਪੌਦੇ ਇੱਥੇ ਲਾ ਜਾਓ, ਹੈਂ। ਇੱਕ ਮਿੰਟ ਸੁਣਿਆ ਨੀ, ਕੀ ਕਹਿਣਾ ਕੀ ਕਹਿਣਾ? ਬਸ ਵਧੀਆ ਠੀਕ ਆ, ਇੰਨੀ ਉਹ ਸੰਘਣੀ ਰੱਖਿਓ। ਤੁਸੀਂ ਉਹ ਨੀ ਦੇਖਿਆ ਕਿ ਮੈਂ ਤਾਂ ਰੋਜ਼ ਮੋਟਰ, ਤੁਸੀਂ ਹੁਣ ਕਿਤੇ ਕਿਤੇ ਰਹਿੰਦੇ ਹੋ, ਤੁਸੀਂ ਮੋਟਰ 'ਤੇ ਹੀ ਨਹੀਂ ਰਹਿੰਦੇ ਸਾਡੀ 'ਤੇ, ਲੈ ਹੁਣ ਨਹੀਂ ਮੈਂ ਜਾਂਦਾ, ਪਹਿਲਾਂ ਜਾ ਕੇ ਗਲਤੀ ਕਰ ਲਈ ਜਾਲੀ, ਹੁਣ ਤਾਂ ਉਰੀ ਨਜ਼ਾਰੇ ਨੇ। ਬਸ ਵਧੀਆ ਸੰਘਣੀ ਲਾ ਦਿਓ, ਸੰਘਣੀ ਨਾਲੇ ਹੁੰਦੀ ਹੈ ਨਾ। ਇਹ ਬਈ ਬੰਦੇ ਬੈਠੇ ਨੇ ਆਪਣੀ ਮੋਟਰ 'ਤੇ, ਹੈ ਨਾ, ਵਿਚਾਰੇ ਬਈਏ, ਇਹ ਪਿਛਲੇ ਸਾਲ ਬਹੁਤ ਸਾਲਾਂ ਤੋਂ ਆਪਣੇ ਆਉਂਦੇ ਨੇ, ਇਹਨਾਂ ਨੂੰ ਐਤਕੀ ਦੱਸਿਆ ਵੀ ਐਤਕੀ ਤਾਂ ਸਿੱਧੀ ਬਿਜਾਈ ਕਰਨੀ ਆ, ਇਹ ਕਹਿੰਦੇ ਨਹੀਂ ਜੀ ਪਰ ਅਸੀਂ ਤਾਂ ਇੱਥੇ ਹੀ ਆਵਾਂਗੇ ਤੁਹਾਡੀ ਮੋਟਰ 'ਤੇ ਹੀ, ਚਾਹੇ ਤੁਸੀਂ ਲਾਓ ਚਾਹੇ ਨਾ। ਫਿਰ ਇਹਨੂੰ ਆਲੇ ਦੁਆਲੇ ਕੰਮ ਦਬਾਤਾ ਦੀ ਵਿਚਾਰਿਆਂ ਨੂੰ, ਇਹ ਕਹਿੰਦੇ ਨਵੀਂ ਥਾਂ ਅਸੀਂ ਜਾਂਦੇ ਨਹੀਂ ਕਿਸੇ ਨਵੇਂ ਬੰਦੇ ਕੋਲ, ਕੀ ਪਤਾ ਕਿਹੋ ਜਿਹਾ ਨਿਕਲਿਆ, ਹੈ ਨਾ। ਦੇਖ ਲਓ ਆਪਣੀ ਮੋਟਰ 'ਤੇ ਬੈਠੇ ਨੇ ਵਿਚਾਰੇ, ਵਧੀਆ ਨੇ, ਸਾਊ ਨੇ,
ਕਰੀ ਜਾਂਦੇ ਨੇ ਕੰਮ ਆਪਣਾ। ਆ ਬਾਈ ਆਪਣੀ 26 ਜਿਹੜੀ ਬੀਜੀ ਹੋਈ ਆ, ਪਾਣੀ 'ਚ ਦੇਖੋ ਪਾਣੀ 'ਚ ਤਾਂ ਬਹੁਤ ਵਧੀਆ ਦਿੰਦੀ ਹੈ, ਇੱਧਰ ਵੀ ਵਧੀਆ ਹੈ ਨਾ। ਅਤੇ ਉਹ ਪਰਲਾ ਖੱਤਾ ਉਹ ਸਾਹਮਣੇ ਪੂਰੀ ਵਧੀਆ ਖੜੀ ਆ, ਹੈ ਨਾ। ਇਹਦੇ ਵਿੱਚ ਰੇ ਪਾਤਾ ਹੈ, ਉਹ ਪਰਲੇ ਖੱਤੇ 'ਚ ਪਾਉਣ ਤੋਂ ਰਹਿੰਦਾ, ਉਹ 'ਚ ਇਹ 'ਚ ਪਾਉਣਾ। ਇਹਦੇ ਵਿੱਚ ਬਈ ਇਹ 'ਚ ਥੋੜ੍ਹਾ ਜਿਹਾ ਨਾ ਜਾਂ ਬੀਜੋ, ਇਹਦੇ 'ਚ ਪਾਣੀ ਥੋੜ੍ਹਾ ਜਿਹਾ ਵੱਧ ਖੜ ਗਿਆ ਇੱਥੇ, ਤਾਂ ਆਹ ਖੱਤੇ ਥੋੜ੍ਹੀ ਜਿਹੀ ਘੱਟ ਆ ਉਰੇ, ਤਾਂ ਵੀ ਵਧੀਆ ਗਰੋਥ ਘੱਟ ਆ, ਊਂ ਨਹੀਂ ਕੋਈ ਪ੍ਰੋਬਲਮ ਹੈਗੀ। ਆ ਦੇਖੋ ਉਹਨੂੰ ਮੈਂ ਦਿਖਾਉਣਾ, ਐਡੀ ਐਡੀ ਹੋਈ ਖੜੀ ਆ ਤਾਂ ਕੈਮਰੇ 'ਚ ਨਹੀਂ ਪਤਾ ਲੱਗਦਾ, ਅਤੇ ਵਧੀਆ। ਬਾਕੀ ਕਰਦੇ ਹਾਂ ਇਹਦਾ ਸਾਰਾ ਸਿਸਟਮ, ਉਹ ਗੇੜੇ ਦਿੱਤੇ ਅਤੇ ਜਿੱਥੇ ਇੱਕ ਮਿੰਟ ਮੈਂ ਦਿਖਾਉਣਾ, ਉਹ ਉੱਥੇ ਜਿੱਥੇ ਦੂਆ ਜੰਮ ਗਿਆ ਸੀਗਾ ਵਿਚਾਲੇ ਵੀ, ਜਿਵੇਂ ਇਹਨੂੰ ਵੀ ਕੱਢਾਂਗੇ ਵਿੱਚੋਂ। ਆਹ ਤਾਂ ਬਾਈ ਬੂਟੇ ਜਿਹੜੇ ਮੈਂ ਤੁਹਾਨੂੰ ਦੱਸਦਾ ਜੀ, ਵਿਆਹ ਮੋਟਰ 'ਤੇ ਬੂਟੇ ਘੱਟ ਸੀਗੇ, ਬਾਈ ਕਮੈਂਟ ਕਰਦੇ। ਆਹ ਦੇਖੋ ਆਹ ਲਾਏ ਹੋਏ ਨੇ, ਆਹ ਪਿਲਕਣ ਦਾ, ਆਹ ਦੂਜਾ, ਇੱਕ ਉਹ ਉੱਥੇ ਅੰਬਾ, ਆਹ ਪਾਇਲਾਂ ਦਾ ਖੜਾ ਉਰੇ ਨੇ ਡੇਕ ਜੀ ਨਿੰਬੂ। ਦੇਖੋ ਆਹ ਇੱਕ ਚੀਜ਼ ਪਾਇਆ ਸੀਗਾ ਇੱਥੇ ਮਿੱਟੀ ਜੀ ਪਿਛਲੇ ਸਾਲ, ਆਹ ਬੂਟੇ ਨਹੀਂ ਹੈਗੇ ਉਰੇ ਬਾਈ। ਆਹ ਦੇਖੋ ਵਧੀਆ ਖੜੀ ਆ 26, ਇਹ ਸਾਡੇ ਅੰਕਲ ਜੀ ਦੀ ਮੋਟਰ ਹੈ ਜੀ। ਆਹ ਤੁਹਾਨੂੰ ਬੂਟੇ ਹੀ ਦਿਖਾਉਣੇ ਨੇ, ਆਹ ਦੇਖੋ ਅਜੇ ਤੇ ਵੀ ਐਨ ਪੂਰਾ ਵਧੀਆ ਬਾਈ, ਅਜੇ ਤੇ ਵੀ ਦੇਖੋ ਆਹ ਪੂਰੀ ਵਧੀਆ ਛਾਂ ਆ ਇੱਥੇ, ਇਹਨਾਂ ਨੇ ਵੀ ਸਿੱਧੀ ਬਿਜਾਈ ਕਰੀ ਹੋਈ ਆ। ਆਹ ਇਹਨਾਂ ਵਾਲੀ ਪੂਛਾ ਖੜੀ ਹੈ ਜੀ, ਇੱਥੇ ਵੀ ਐਨ ਪੂਰੀ ਵਧੀਆ ਖੜੀ ਆ, ਠੀਕ ਆ। ਆਹ ਪਰਲਾ ਖੱਤਾ ਮੈਂ ਤੁਹਾਨੂੰ ਇੱਕ ਦਿਖਾਉਣਾ, ਉੱਥੇ ਨਾ ਪਾਣੀ ਜ਼ਿਆਦਾ ਖੜ ਗਿਆ ਸੀ, ਪਾਣੀ ਜਿੱਥੇ ਜ਼ਿਆਦਾ ਖੜ ਜਾਂਦਾ ਇਹ 'ਚ ਪ੍ਰੋਬਲਮ ਆਉਂਦੀ ਆ, ਹੈ ਨਾ ਜੀ। ਅਤੇ ਇੱਥੇ ਦੇਖੋ ਕਿੰਨੀ ਛਾਂ ਆ, ਇੱਥੇ ਵੀ ਪੂਰਾ ਜੀ ਲੱਗਦਾ। ਇਹ ਆਹ ਦੇਖੋ ਬਾਈ, ਇਹ 'ਚ ਵੀ ਥੋੜ੍ਹਾ ਪਾਣੀ ਵੱਧ ਖੜ ਗਿਆ ਜੀ, ਇਹ 'ਚ ਵੀ ਦੇਖੋ, ਇਹ 'ਚ ਵੀ ਪ੍ਰੋਬਲਮ ਆਉਂਦੀ ਆ, ਇਹਨਾਂ 'ਚ ਪ੍ਰੋਬਲਮ ਆਉਂਦੀ ਆ ਜੇ ਪਾਣੀ ਵੱਧ ਖੜ ਜਾਵੇ, ਠੀਕ ਹੈ ਕਿ ਨਹੀਂ। ਕਹੋ ਆਹ ਵੀ ਮੀਟਰ ਲਗਾ, ਘੁੰਮਦੀਆਂ ਨੇ ਗਰਾਰੀਆਂ, ਦੇਖ ਹੈ ਭੱਜਿਆ ਫਿਰਦਾ ਮੀਟਰ ਪੂਰਾ, ਇੱਥੇ ਵੀ ਸਿੱਧੀ ਬਿਜਾਈ ਕਰਕੇ ਲੱਗਿਆ ਪਿਆ। ਸਾਡੇ ਅੰਕਲ ਜੀ ਪਾਣੀ ਪਾ ਰਹੇ ਨੇ ਬੈਟਰੀ ਦੇ ਵਿੱਚ, ਸੈਲਫ ਚੱਕਣ ਤੋਂ ਨਾ ਕਰ ਰਿਹਾ ਵਿਚਾਰਾ 3700, ਅਤੇ ਬੈਟਰੀ 'ਚ ਪ੍ਰੋਬਲਮ ਕਹਿ ਰਹੇ ਨੇ, ਹੋ ਸਕਦੀ ਹੈ ਮੇਰੇ ਵੀਰਿਓ ਉੱਪਰ ਪਾਊਂਗਾ ਜੀ ਰੇਡੀਏਟਰ 'ਚ ਤਾਂ ਹੋਊ, ਕੀ ਗਰਮ ਹੁੰਦਾ, ਕਿੰਨਾ ਪਾਣੀ ਬਹੁਤ ਲੀਕ ਹੋ ਗਿਆ ਸੀ, ਬਸ ਬਸ ਹਲਦੀ ਪਾਈ ਵੀ ਆ, ਰੇਡੀਏਟਰ ਲੀਕ ਦੀ ਕਿਤੋਂ ਆਏ ਅੰਕਲ ਜੀ, ਐਂ ਨਹੀਂ ਪਾਉਣੀ ਚਾਹੀਦੀ ਜੀ, ਜੇ ਰੇਡੀਏਟਰ ਲੀਕ ਹੋਵੇ ਤਾਂ ਪਾ ਦਿੰਦੇ ਨੇ। ਆਹ ਦੇਖੋ ਬਾਈ, ਆਹ ਆਪਣੇ ਸਾਈਡ 'ਤੇ ਇੱਥੇ ਵੀ ਆਪਾਂ ਨੇ ਦਰਖਤ ਲਾਏ ਹੋਏ ਨੇ ਬੂਟੇ ਫਲਾਂ ਵਾਲੇ, ਸਿਰੇ ਤੱਕ ਉੱਥੇ ਤੱਕ, ਫਿਰ ਉੱਥੋਂ ਦੂਜੇ ਪਾਸੇ ਸ਼ੁਰੂ ਹੋ ਜਾਂਦੇ ਨੇ, ਇੱਧਰ ਲਾਏ ਹੋਏ ਨੇ ਆਪਾਂ ਤੁਹਾਨੂੰ ਦਰਖਤ, ਅੱਜ ਤਾਂ ਦਰਖਤਾਂ ਦੇ ਹੀ ਦਿਖਾ ਰਹੇ ਹਾਂ, ਹੈ ਨਾ। ਅਤੇ ਬਾਈ ਆਹ ਇੱਧਰ ਨੇ ਦੇਖੋ ਪੂਰੇ, ਆਹ ਜਾਲੀਆਂ ਬਣਾ ਕੇ ਰੱਖੀਆਂ ਹੋਈਆਂ ਨੇ, ਲਾ ਦਿੰਦੇ ਹਾਂ ਜਦ ਇਹ ਵਧੀਆ ਹੋ ਜਾਂਦੇ ਨੇ, ਉਸ ਤੋਂ ਬਾਅਦ 'ਚ ਫਿਰ ਇਹਨੂੰ ਜਾਲੀ ਨੂੰ ਕੱਢ ਦਿੰਦੇ ਹਾਂ, ਹੈ ਨਾ ਵਿੱਚੋਂ। ਅਤੇ ਬਾਈ ਜੀ ਉਹਨੇ ਵਿੱਚੇ ਬੋਲੀ ਜਾਂਦੇ ਨੇ, ਵੀਡੀਓ ਖਰਾਬ ਪਿਓ ਮੰਡੇ। ਆਹ ਦੇਖੋ, ਆਹ ਦੇਖੋ ਬਾਈ ਜੀ ਸਾਡੇ ਆੜੂ, ਇਹ ਆਪਣੀ ਜਮਾਂ ਨੇੜੇ ਵਾਲੀ ਮੋਟਰ ਆ ਜਿਹੜੀ ਘਰ ਦੇ ਨੇੜੇ ਆ ਆਪਣੇ, ਇਹ ਉਹ ਆ, ਆਹ ਦੇਖੋ ਘਰ ਦੇ ਨੇੜੇ ਨੇ, ਆਹ ਦੇਖੋ ਆਹ ਪੂਰੀ ਵਧੀਆ ਉੱਪਰ ਆੜੂ ਨੇ, ਅੰਬ ਹੈ, ਹੈ ਨਾ, ਦੋਵੇਂ ਵਧੀਆ ਖੜੇ ਨੇ। ਆਹ ਤੂੰ ਤਾਂ ਇੱਧਰ ਮਤਲਬ ਕਿ ਵਧੀਆ ਇੱਥੇ ਵੀ ਛਾਵਾਂ, ਚਾਹੇ ਛੋਟੀ ਮੋਟਰ ਘਰ ਦੇ ਲਵਿਆ, ਇੱਥੇ ਵੀ ਫਲਾਂ ਵਾਲੇ ਬੂਟੇ ਨੇ, ਇੱਥੇ ਬਹੁਤ ਖਾਂਦੇ ਨੇ, ਅਤੇ ਜਾਨਵਰ ਖਾਂਦੇ ਨੇ ਵਿਚਾਰੇ ਯਾਰ, ਹੈ ਨਾ, ਲੋਕ ਖਾਂਦੇ ਨੇ, ਜਿੰਨੀ ਜਿੰਨੀ ਕੁ ਲੋੜ ਆ ਸਭ ਦੇ ਮੂੰਹ 'ਚ ਪੈਂਦਾ ਬਾਈ। ਆਹ ਦੇਖੋ ਬਾਈ ਕੁਦਰਤ ਦੇ ਕਲਾਕਾਰ,
ਕਿੱਡਾ ਸੋਹਣਾ ਬਣਾਉਂਦੇ ਨੇ ਆਪਦੇ ਹਾਲ ਨਾਲ, ਕਿੰਨਾ ਸੋਹਣਾ ਬਣਾਉਣ ਲੱਗੀ ਹੋਈ ਆ। ਆਹ ਦੇਖੋ, ਆਹ ਪਹਿਲਾਂ ਸ਼ੁਰੂ ਕਰ ਰਹੀ ਆ, ਪੱਤੇ ਇਕੱਠੇ ਕਰ ਲਏ ਉਹਨੇ, ਆਹ ਔਲੇ 'ਤੇ ਲੱਗੇ ਹੋਏ ਨੇ, ਇਹ ਲਵੇ ਨਾ ਪਾਮ ਨੇ, ਪਾਮ ਤੋਂ ਇਹਦੇ ਪੱਤੇ ਜੇ ਤੋੜ ਲਿਆਉਂਦੀਆਂ ਨੇ ਅਤੇ ਚੀਰ ਕੇ ਐਣ ਪੂਰੇ ਉਹਨਾਂ ਦਾ ਆਹ ਬਣਾਈ ਜਾਂਦੀ ਨਾ। ਦੇਖੋ ਇੱਕ ਨੇ ਤਾਂ ਵਧੀਆ ਬਣਾ ਲਿਆ, ਆਹ ਇੱਕ ਲੱਗੀ ਹੋਈ ਆ, ਹੋਰ ਵੀ ਨੇ ਆਲੇ ਦੁਆਲੇ। ਆ ਦੇਖੋ ਆਹ ਤਿਆਰ ਕਰ ਰਹੀ ਆ, ਹਾਲੇ ਬਚਾਲ ਦਾ ਹਿੱਸਾ ਜਿਹਾ ਤਿਆਰ ਕਰ ਲਿਆ ਇਹਨੇ, ਬਹੁਤ ਸੋਹਣੇ ਬਣਾਉਂਦੇ ਨੇ ਇਹ। ਇੱਕ ਆਹ ਸੀ,